ਤੁਹਾਡਾ ਸਵਾਗਤ ਹੈ ਮਹਾ ਸੁਖਿੰਦਰ ਕੋਟਲੀ ਜਾਣਦਿਆਂ ਡੇਰੇ ਦੀ ਸੱਚਾਈ ਕੀ ਹੈ ਕੌਣ ਕੌਣ ਡੇਰੇ ਨਾਲ ਜੁੜ ਕੇ ਕੀ ਪ੍ਰਾਪਤ ਕਰ ਚੁੱਕਾ ਕਿਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਆਈਆਂ ਨੇ ਜਾਣਦਿਆਂ ਉਹਨਾਂ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਜੀ ਘੱਗਾ ਤੋਂ ਮੱਗਰ ਕੀ ਨਾਮ ਹੈ ਤੁਹਾਡਾ ਭਾਗ ਸਿੰਘ ਜੀ ਕਾਜਾ ਹੈ ਕਲਾਰਾ ਤੋਂ ਭਾਗ ਸਿੰਘ ਜੀ ਸੋ ਜਾਣਦਿਆਂ ਡੇਰੇ ਦੇ ਵੇਲੇ ਕਦੋਂ ਤੋਂ ਜੁੜੇ ਨੇ ਕੀ ਹੈ ਸੱਚਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਬਹੁਤ ਡੇਰੇ ਤੋਂ ਬਹੁਤ ਵਧੀਆ ਚੱਲਦਾ ਜੀ ਪ੍ਰੋਗਰਾਮ ਜੀ ਜੀ ਅਤੇ ਸਾਨੂੰ ਮੈਨੂੰ ਬਹੁਤ ਸਾਲ ਹੋ ਗਏ ਜੀ ਉਰੇ ਆਉਂਦਿਆਂ ਨੂੰ ਕਿੰਨੀ ਦੇਰ ਹੋ ਗਈ ਸਾਨੂੰ ਡੇਰੇ ਨਾਲ ਜੁੜਿਆ ਹੋਏ ਮੈਨੂੰ ਹੋ ਗਏ ਜੀ ਮੈਂ ਇੱਕ 14 'ਚ ਹੋਇਆ ਜੀ ਕੀ ਬਦਲਾ ਆਇਆ ਜ਼ਿੰਦਗੀ 'ਚ ਡੇਰੇ ਨਾਲ ਜੁੜਨ ਤੋਂ ਬਾਅਦ ਮੈਂ ਕਹਿੰਦਾ ਜੀ ਸਾਨੂੰ ਤਾਂ ਜੀ ਇੰਨਾ ਨਜ਼ਾਰਾ ਆਇਆ ਜੀ ਇੰਨੀ ਖੁਸ਼ੀ ਆਈ ਆ ਜੀ ਕੋਈ ਅੰਤ ਹੀ ਨਹੀਂ ਉਦੋਂ ਦਾ ਜੀ ਮੈਂ ਭੰਗੀ ਦੱਸ ਕਰ ਰੱਖਿਆ ਇਹਨਾਂ ਨੇ ਅੱਛਾ ਜਿੱਦਾਂ ਦਾ ਜੀ ਮੈਂ ਹੋਇਆ ਮੈਨੂੰ ਤਾਂ ਇੰਨੀ ਖੁਸ਼ੀ ਆਈ ਜੀ ਕੋਈ ਹੱਦ ਤੋਂ ਪਰੇ ਜੀ ਪਰ ਜਿੱਦਾਂ ਦਾ ਮੈਂ ਆਇਆ ਜੀ ਉਦੋਂ ਮੇਰੇ 'ਤੇ ਵੀ ਕਿਰਪਾ ਸਤਿਗੁਰਾਂ ਦੀ ਅਤੇ ਉਰੇ ਡੇਰੇ 'ਚ ਵੀ ਮੈਂ ਆਉਂਦਾ ਬਹੁਤ ਵਧੀਆ ਲੰਗਰ 'ਚ ਸੇਵਾ ਚੱਲਦੀ ਹੈ ਜੀ ਮੇਰੀ ਕੀ ਮਤਲਬ ਕਿ ਡੇਰੇ ਵੱਲੋਂ ਕੀ ਕੰਮ ਨੇ ਜਿਹੜੇ ਕਰਵਾਏ ਜਾਂਦੇ ਆ ਉਰੇ ਜੀ ਆਪਣੇ ਮਨ ਭਲਾਈ ਦੇ ਕੰਮ ਨੇ ਜੀ ਕੀ ਕੰਮ ਨੇ ਅਤੇ ਆਪਣੇ 300 ਉਹ ਨੇ ਜੀ ਕੰਮ 360 ਕੰਮ ਨੇ ਜੀ ਆਪਣੇ ਜਿੰਨੇ ਬਣਦੇ ਨੇ ਜੀ ਗਰੀਬਾਂ ਦਾ ਕਿਸੇ ਨੂੰ ਰਾਸ਼ਨ ਦੇਣਾ ਜੀ ਕਿਸੇ ਨੂੰ ਆਪਾਂ ਨੇ ਉਹ ਸੰਯੋਗ ਦੇਣਾ ਪੈਸੇ ਦਾ ਕਿਸੇ ਦਾ ਇਲਾਜ ਕਰਾਉਣਾ ਜੀ ਅਤੇ ਅੱਗੇ ਵੀ ਆਪਾਂ ਨੇ ਕੋਈ ਸੇਵਾ ਲੈ ਕੇ ਆਉਣੀ ਆ ਜੀ ਸਾਨੂੰ ਇਹ ਦੱਸੋ ਵੀ ਜਿਹੜੇ ਸੰਤ ਗੁਰਮੀਤ ਰਾਮ ਸਿੰਘ ਜੀ ਇਨਸਾਨ ਨੇ ਇਹਨਾਂ ਦੀ ਸੋਚ ਕਿਹੋ ਜਿਹੀ ਹੈ ਇਹਨਾਂ ਦੀ ਸੋਚ ਤਾਂ ਜੀ ਕੋਈ ਅੰਤ ਨਹੀਂ ਇਹਨਾਂ ਦੀ ਸੋਚ ਤਾਂ ਜੀ ਅਸੀਂ ਤਾਂ ਕੁਛ ਕਹਿ ਨਹੀਂ ਸਕਦੇ ਜੀ ਜਿੰਨੀ ਇਹਨਾਂ ਦੀ ਸੋਚ ਆ ਜੀ ਗਰੀਬਾਂ ਨੂੰ ਕੀ ਦੇਣਾ ਇਹਨਾਂ ਗਰੀਬਾਂ ਨੂੰ ਤਾਂ ਇਹ ਬਹੁਤ ਕੁਛ ਦੇ ਰਹੇ ਨੇ ਜੀ ਅਸੀਂ ਕੁਛ ਵੀ ਨਹੀਂ ਅਸੀਂ ਇੰਨਾ ਕਹਿ ਸਕਦੇ ਜੀ ਗਰੀਬਾਂ ਦਾ ਤਾਂ ਇੰਨਾ ਭਲਾ ਕਰਨੇ ਜੀ ਕੋਈ ਅੰਤ ਨਹੀਂ ਦਵਾਈਆਂ ਤੋਂ ਇਹ ਲਾ ਕੇ ਜੀ ਜੀ ਅਤੇ ਸੁਧਾਰ ਸਾਡਾ ਇਹਨਾਂ ਨੇ ਇੰਨਾ ਕਰਤਾ ਜੀ ਕੋਈ ਅੰਤ ਨਹੀਂ ਅਸੀਂ ਦਾਰੂ ਪੀਂਦੇ ਅਤੇ ਅੱਗੇ ਦਾਰੂਆਂ ਛਡਾਤੀਆਂ ਸਾਡੀਆਂ ਅਤੇ ਉਰੇ ਅਸੀਂ ਉਰੇ ਆਉਂਦੇ ਹਾਂ ਜੀ ਉਰੇ ਆ ਕੇ ਸਾਨੂੰ ਬਹੁਤ ਫਾਇਦਾ ਹੁੰਦਾ ਜੀ ਇੱਥੇ ਹੋਰ ਕੋਈ ਇਹੋ ਜਿਹੇ ਕੰਮ ਜਿਹੜੇ ਦੁਨੀਆਂ 'ਚ ਹੋਰ ਕਿਸੇ ਨੇ ਨਾ ਕੀਤੇ ਹੋਣ ਪਰ ਜਿਹੜਾ ਇਹ ਸੰਸਥਾ ਸਾਰਾ ਜੀ ਇੱਥੇ ਉਰੇ ਬਣ ਰਿਹਾ ਜੀ ਜਿੰਨਾ ਵੀ ਆ ਹੋਰ ਕਿਤੋਂ ਇੰਨੇ ਕਿਤੇ ਕੰਮ ਨਹੀਂ ਅਸੀਂ ਨੇ ਦੇਖੇ ਅਤੇ ਮੇਰੀ ਇੰਨੀ ਉਮਰ ਹੋ ਗਈ 65 ਸਾਲ ਦੀ ਉਮਰ ਹੋ ਗਈ ਜੀ ਮੈਂ ਜਿੰਨਾ ਕੰਮ ਉਰੇ ਦੇਖਿਆ ਜੀ ਉਹਨਾਂ ਕਿਤੇ ਨਹੀਂ ਦੇਖਿਆ ਜੀ ਔਰਤਾਂ ਦੇ ਹੱਕ 'ਚ ਕੋਈ ਆਵਾਜ਼ ਉਠਾਈਏ ਔਰਤਾਂ ਦੇ ਹੱਕ 'ਚ ਜੀ ਇਹਨਾਂ ਨੇ ਦੇਖੋ ਜੀ ਇੰਨੀ ਆਵਾਜ਼ ਉਠਾਈ ਹੈ ਜੀ ਕੋਈ ਅੰਤ ਨਹੀਂ ਜਿਹੜੀਆਂ ਭੈਣਾਂ ਤੀਆਂ ਉੱਥੇ ਬੇਸਬਾਹ ਹੋਈਆਂ ਤੀਆਂ ਉਹਨਾਂ ਦੇ ਵਾਸਤੇ ਇਹਨਾਂ ਦੇ ਸਾਦੀਆਂ ਕਰਾਈਆਂ ਜੀ ਸਾਦੀਆਂ ਕਰਾ ਕੇ ਉਰੇ ਜੀ ਬਹੁਤ ਵਧੀਆ ਉਹ ਕਰਿਆ ਜੀ ਉਹ ਭੈਣਾਂ ਵੀ ਗੁਣ ਗਾਉਂਦੀਆਂ ਨੇ ਅਤੇ ਜੀ ਜਿਹੜੇ ਦੂਏ ਅਤੇ ਉਹ ਵੀ ਗੁਣ ਗਾਉਂਦੇ ਨੇ ਜੀ ਜੀ ਹਾਂਜੀ ਇੱਕ ਨਾ ਤੁਸੀਂ ਉਹ ਲੋਕਾਂ ਨੂੰ ਸੁਨੇਹਾ ਦਿਓ ਜਿਹੜੇ ਡੇਰੇ ਦੇ ਨਾਲ ਕਦੇ ਜੁੜੇ ਨਹੀਂ ਜਾਂ ਡੇਰੇ ਬਾਰੇ ਨਹੀਂ ਜਾਣਦੇ ਅੱਜ ਵੀ ਉਹ ਪਰਿਵਾਰਾਂ ਦੇ ਵਿੱਚ ਮਤਲਬ ਕਿ ਵੀ ਉਹਨਾਂ ਦੇ ਜਿਹੜੇ ਫੈਮਿਲੀਆਂ ਨੇ ਨਸ਼ੇ 'ਚ ਡੁੱਬੀਆਂ ਹੋਈਆਂ ਨੇ ਪਰਿਵਾਰ ਨਸ਼ੇ 'ਚ ਡੁੱਬੇ ਹੋਏ ਨੇ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦਿਓ ਹੁਣ ਲੋਕਾਂ ਨੂੰ ਅਸੀਂ ਨਾਮ ਚਰਚਾ ਕਰਦੇ ਜੀ ਅਸੀਂ ਨਾਮ ਚਰਚਾ ਲਾਉਂਦੇ ਹਾਂ ਨਾਮ ਚਰਚਾ 'ਤੇ ਸੁਨੇਹਾ ਦਿੰਦੇ ਹਾਂ ਵੀ ਤੁਸੀਂ ਭਾਈ ਇਹ ਸਮਾਜ ਤੋਂ ਆਪਾਂ ਬਚੀਏ ਦਾਰੂਆਂ ਤੋਂ ਬਚੀਏ ਵੀ ਆਪਾਂ ਇਹ ਚੀਜ਼ਾਂ ਦੇ ਨਾਲ ਜੁੜੀਏ ਇਹ ਚੀਜ਼ਾਂ ਨਾਲ ਜੁੜ ਕੇ ਵੀ ਆਪਣਾ ਫਾਇਦਾ ਹੋ ਜਾਏ ਆਪਾਂ ਫਾਇਦੇ 'ਚ ਅੱਗੇ ਚੱਲੀਏ ਜਿਹੜਾ ਆਪਾਂ ਮਾਸ ਮਿੱਟੀ ਖਾਂਦੇ ਹਾਂ ਜੀ ਵੀ ਉਹਨਾਂ 'ਚ ਕੁਛ ਨਹੀਂ ਹੈਗਾ ਵੀ ਜਿਹੜੀ ਇਹ ਚੀਜ਼ ਆ ਜੀ ਇਹ 'ਚ ਸਾਨੂੰ ਬਹੁਤ ਫਾਇਦਾ ਗੁਰੂ ਜੀ ਦੇ ਲੱਗੇ ਹੋਏ ਰੁੱਖਾਂ ਬਾਰੇ ਕੀ ਕਹੋਗੇ ਗੁਰੂ ਜੀ ਦਾ ਅਸੀਂ ਤਾਂ ਕਹਿੰਦੇ ਜੀ ਅਸੀਂ ਤਾਂ ਉਹਨਾਂ ਦੇ ਉਹ ਵੀ ਨਹੀਂ ਹੈਗੇ ਜੀ ਜਿਹੜੇ ਆਰੋਪ ਲੱਗੇ ਨੇ ਉਹਨਾਂ ਦੇ ਉਹ ਉਹਨਾਂ ਦੇ ਵਾਸਤੇ ਹੁਣ ਸਰਕਾਰ ਆ ਜੀ ਜਿਹੜੀ ਉਹਨਾਂ ਨੂੰ ਕੀ ਕਹਿ ਸਕਦੇ ਜੀ ਹੁਣ ਸਰਕਾਰ ਦਾ ਵੀ ਕੰਮ ਆ ਜੀ ਉਹ ਸਰਕਾਰ ਜੇ ਕੁਛ ਨਾ ਕੁਛ ਸੋਚੇ ਜੀ ਵੀ ਜਿਵੇਂ ਗੁਰੂ ਜੀ ਦੀ ਰਿਹਾਈ ਨੂੰ ਲੈ ਕੇ ਕੀ ਕਹੋਗੇ ਤੁਸੀਂ ਉਹਦੇ ਵਾਸਤੇ ਤਾਂ ਜੀ ਅਸੀਂ ਸਰਕਾਰ ਨੂੰ ਕੀ ਸਰਕਾਰ ਨੂੰ ਤਾਂ ਅਸੀਂ ਇਹ ਕਹਿੰਦੇ ਜੀ ਵੀ ਜੇ ਆ ਜਾਣ ਜੀ ਮਾਲਕ ਬਹੁਤ ਚੰਗੀ ਗੱਲ ਆ ਜੀ ਸਾਡੇ ਸਤਿਗੁਰਾਂ ਨੂੰ ਤੁਸੀਂ ਕੀ ਫਾਇਦਾ ਹੋ ਸਕਦਾ ਸਮਾਜ ਨੂੰ ਬਹੁਤ ਫਾਇਦਾ ਹੋ ਜੀ ਬਹੁਤ ਵੱਡਾ ਫਾਇਦਾ ਹੋ ਜੀ ਜਿੰਨੇ ਪਹਿਲਾਂ 6 ਕਰੋੜ ਦੁਨੀਆ ਤੀ ਜੀ ਹੁਣ ਮੇਰਾ ਖਿਆਲ 40-50 ਕਰੋੜ ਦੁਨੀਆ ਹੋ ਜੂ ਜਦੋਂ ਮਹਾਰਾਜ ਆਉਣਗੇ ਅੱਛਾ 40-50 ਕਰੋੜ ਦਾ ਅੰਕੜਾ ਜਿਹੜਾ ਪਾਰ ਹੋ ਸਕਦਾ ਨਸ਼ਿਆਂ ਤੋਂ ਜਿਹੜਾ ਸਮਾਜ ਹੈ ਉਹ ਮੁਕਤ ਹੋ ਸਕਦਾ ਨੌਜਵਾਨਾਂ ਨੂੰ ਇੱਕ ਨਵੀਂ ਸੇਧ ਮਿਲ ਸਕਦੀ ਹੈ ਆਪਦੇ ਹੁਨਰ ਆਪਦੇ ਟੈਲੈਂਟ ਦਾ ਫਾਇਦਾ ਲੈ ਸਕਦੇ ਨੇ ਜੇਕਰ ਗੁਰੂ ਜੀ ਸਾਡੇ ਵਿੱਚ ਆ ਜਾਣ ਸੋ ਤੁਸੀਂ ਸਾਨੂੰ ਟਾਈਮ ਦਿੱਤਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਦੇਖਦੇ ਰਹੋ ਉਹਦਾ ਇਫੈਕਟ ਆਇਸ ਮੈਂ ਤੁਹਾਡੇ ਰੂਬਰੂ ਕਰਾਉਂਦਾ ਰਹਾਂਗਾ ਅਜਿਹੀਆਂ ਹੋਰ ਸ਼ਖਸੀਅਤਾਂ ਜੋ ਡੇਰੇ ਦੇ ਬਿਆਨ ਨੂੰ ਸੱਚ ਦੇ ਬਿਆਨ ਨੂੰ ਕਰਨਗੀਆਂ ਬਿਆਨ ਮੈਨੂੰ ਦਿਓ ਇਜਾਜ਼ਤ ਧੰਨਵਾਦ